ਸਿੰਗਰ ਤੇ ਲਿਰਿਸਿਸਟ ਅਰਜਨ ਢਿੱਲੋਂ ਨੇ ਲੀਕ ਹੋਏ ਗੀਤਾਂ ਬਾਰੇ ਦਿੱਤੀ ਸਟੇਟਮੈਂਟ। ਜੀ ਹਾਂ, ਰੀਸੈਂਟਲੀ ਅਰਜਨ ਢਿੱਲੋਂ ਦੇ ਵੱਲੋਂ ਲੀਕ ਹੋਏ ਗੀਤਾਂ ਦੀ ਪੁਸ਼ਟੀ ਕਰਦੇ ਹੋਏ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜਲਦੀ ਹੀ ਇਹਨਾਂ ਗੀਤਾਂ ਨੂੰ ਅਫੀਸ਼ੀਅਲੀ ਵੀ ਰਿਲੀਜ਼ ਕਰ ਦੇਵਾਂਗੇ। ਦਰਅਸਲ ਸਿੰਗਰ ਤੇ ਲਿਰਿਸਿਸਟ ਅਰਜਨ ਢਿੱਲੋਂ ਦੇ ਗੀਤ ਲੀਕ ਹੋਏ ਨੇ, ਜਿਸ ਦੇ ਬਾਰੇ ਰੀਸੈਂਟਲੀ ਜਾਣਕਾਰੀ ਸਾਹਮਣੇ ਆਈ ਹੈ ਤੇ ਅਰਜਨ ਢਿੱਲੋਂ ਦੇ ਵੱਲੋਂ ਵੀ ਇਸ ਦੀ ਸਟੇਟਮੈਂਟ ਜ਼ਾਹਿਰ ਕੀਤੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਕਿ ਉਹ ਅਫੀਸ਼ੀਅਲੀ ਹੀ ਇਹਨਾਂ ਗੀਤਾਂ ਨੂੰ ਜਲਦੀ ਹੀ ਰਿਲੀਜ਼ ਕਰ ਦੇਣਗੇ। ਵੈਲ, ਅਰਜਨ ਢਿੱਲੋਂ ਦੇ ਵੱਲੋਂ ਆਪਣੀ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਸਾਂਝਾ ਕਰਦਿਆਂ ਹੋਇਆਂ ਲਿਖਿਆ ਗਿਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਲੀਕ ਗਾਣੇ ਕਿਸੇ ਐਲਬਮ ਦੇ ਨਹੀਂ, ਪਿਛਲੀਆਂ ਐਲਬਮਸ ਚੋਂ ਰਿਜੈਕਟ ਹੋਏ ਪੁਰਾਣੇ ਗਾਣੇ ਨੇ, ਤੁਸੀਂ ਉਹਨਾਂ ਨੂੰ ਵੀ ਪਸੰਦ ਕੀਤਾ, ਇਸ ਕਰਕੇ ਥੋੜੀ ਦੇਰ ਚ ਅਪਲੋਡ ਕਰਦੇ ਹਾਂ ਸਾਰੀਆਂ ਸਟ੍ਰੀਮਿੰਗ ਐਪਸ ਤੇ। ਵੈਲ, ਅਰਜਨ ਢਿੱਲੋਂ ਨੇ ਜਿਵੇਂ ਕਿ ਇਸ ਸਟੇਟਮੈਂਟ ਦੇ ਵਿੱਚ ਦੱਸਿਆ ਹੈ ਕਿ ਜੋ ਗਾਣੇ ਲੀਕ ਹੋਏ ਨੇ ਉਹ ਉਹਨਾਂ ਦੀਆਂ ਨਵੀਆਂ ਐਲਬਮਸ ਚੋਂ ਨਹੀਂ ਬਲਕਿ ਪੁਰਾਣੀਆਂ ਜਿਹੜੀਆਂ ਐਲਬਮਸ ਰਿਲੀਜ਼ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚੋਂ ਰਿਜੈਕਟ ਹੋਏ ਗੀਤ ਨੇ। ਵੈਲ, ਇਹਨਾਂ ਰਿਜੈਕਟ ਹੋਏ ਗੀਤਾਂ ਨੂੰ ਲੋਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਤਾਂ ਇਸ ਕਰਕੇ ਅਰਜਨ ਢਿੱਲੋਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਅਰਜਨ ਢਿੱਲੋਂ ਨੇ ਵੀ ਕਿਹਾ ਕਿ ਤੁਸੀਂ ਇਹਨਾਂ ਗੀਤਾਂ ਨੂੰ ਵੀ ਪਸੰਦ ਕੀਤਾ, ਜਿਸ ਕਾਰਨ ਹੁਣ ਅਸੀਂ ਇਹਨਾਂ ਗੀਤਾਂ ਨੂੰ ਅਫੀਸ਼ੀਅਲੀ ਰਿਲੀਜ਼ ਕਰ ਦੇਵਾਂਗੇ ਸਾਰੇ ਸਟ੍ਰੀਮ ਐਪਸ ਦੇ ਉੱਤੇ। ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਤੁਹਾਨੂੰ ਅਰਜਨ ਢਿੱਲੋਂ ਦੇ ਲਿਖੇ ਤੇ ਗਾਏ ਗੀਤ ਕਿਹੋ ਜਿਹੇ ਲੱਗਦੇ ਨੇ ਕਮੈਂਟ ਕਰਕੇ ਦੱਸ ਸਕਦੇ ਹੋ। ਵਰਕ ਗ੍ਰਾਫ ਦੀ ਗੱਲ ਕਰੀਏ ਤੇ ਅਰਜਨ ਢਿੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੱਖ ਵੱਖ ਚੀਜ਼ਾਂ ਲੈ ਕੇ ਆਉਣ ਵਾਲੇ ਨੇ ਆਪਣੇ ਫੈਨਸ ਦੇ ਲਈ। ਰੀਸੈਂਟਲੀ ਅਰਜਨ ਢਿੱਲੋਂ ਦੀ ਈਪੀ ਮੈਨੀਫੈਸਟ ਵੀ ਰਿਲੀਜ਼ ਹੋਈ ਹੈ। ਅਰਜਨ ਢਿੱਲੋਂ ਦੀ ਮੈਨੀਫੈਸਟ ਈਪੀ ਦੇ ਵਿੱਚ ਗੀਤ ਸ਼ਾਮਿਲ ਨੇ ਮੈਨੀਫੈਸਟ, ਓਪੀਨੀਅਨ, ਜਿਉਣਾ, ਫਲਾਏ, ਹਾੜੀ ਸੋਹਣੀ, ਬਾਬਾ। ਇਹ 6 ਸੌਂਗ ਇਸ ਈਪੀ ਦੇ ਵਿੱਚ ਸ਼ਾਮਿਲ ਨੇ ਜਿਸ ਨੂੰ ਅਰਜਨ ਢਿੱਲੋਂ ਨੇ ਗਾਇਆ ਤੇ ਨਾਲ ਹੀ ਜੇਕਰ ਮਿਊਜ਼ਿਕ ਦੀ ਗੱਲ ਕਰੀਏ ਤੇ ਇਹਨਾਂ ਸਾਰੇ ਗੀਤਾਂ ਦੇ ਵਿੱਚ ਹੀ ਮਰਸੀ ਦਾ ਮਿਊਜ਼ਿਕ ਹੈ, ਜੋ ਕਿ ਰੀਸੈਂਟਲੀ ਇਹ ਈਪੀ ਰਿਲੀਜ਼ ਹੋਈ ਹੈ, ਜਿਸਦਾ ਨਾਮ ਹੈ ਮੈਨੀਫੈਸਟ। ਲੋਕਾਂ ਦੇ ਵੱਲੋਂ ਇਸ ਈਪੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਤੁਹਾਡਾ ਕੀ ਕਹਿਣਾ ਹੈ ਇਸ ਸੰਬੰਧੀ ਕਮੈਂਟ ਕਰਕੇ ਦੱਸ ਸਕਦੇ ਹੋ। ਜੇਕਰ ਹਾਲੇ ਤੱਕ ਇਸ ਈਪੀ ਨੂੰ ਨਹੀਂ ਸੁਣਿਆ, ਸਾਰੇ ਸਟ੍ਰੀਮਿੰਗ ਪਲੇਟਫਾਰਮਸ ਤੇ ਇਸ ਨੂੰ ਰਿਲੀਜ਼ ਕਰ ਦਿੱਤਾ ਗਿਆ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।